ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਆ ਤੁਹਾਡਾ ਮੰਦਰਬਾਈ YouTube ਚੈਨਲ ਤੇ। ਤੇ ਅੱਜ ਆਪਾਂ ਆ ਪਨੀਰੀ ਦੀ ਗੱਲ ਕਰਦੇ ਆ। ਕਿ ਕਿੰਨੇ ਦਿਨ ਹੋ ਗਏ ਬੀਜੇ ਨੂੰ ਕਿੰਨੇ ਪਾਣੀ ਲਾ ਕੇ ਉਗਰੀ ਇਹੇ। ਤੇ ਕਿਵੇਂ ਬੀਜੀ ਸੀ ਕੀ ਕੁਝ ਪਾਇਆ ਇਹਦੇ ਵਿੱਚ ਪਹਿਲਾਂ। ਤੇ ਆਪਾਂ ਦੱਸਾਂਗੇ ਤੁਹਾਨੂੰ ਸਾਰਾ ਕੁਝ। ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲੇ ਬੈਲ ਆਈਕਨ ਦਬਾ ਲਓ। ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ। ਤੇ ਹੁਣ ਆਪਾਂ ਕਰਦੇ ਆਂ ਪਨੀਰੀ ਦੀ ਗੱਲ ਇਹ ਪਨੀਰੀ ਬਈ ਆਪਾਂ ਬੀਜੀ ਸੀ 14 ਤਰੀਕ ਨੂੰ ਤੇ ਵੀਡੀਓ ਹੈਗੀ ਇਹ 21 ਤਰੀਕ ਦੀ ਇਹ ਆਪਾਂ ਪਾਣੀ ਲਾਉਣਾ ਆਏ ਸੀ ਤੀਜਾ ਪਾਣੀ ਆ ਇਹ ਤਾਂ ਇਹਨਾਂ ਪਾਣੀ ਲੱਗ ਗਏ ਚੌਥਾ ਪਾਣੀ ਲਾਉਣਾ ਆਇਆ ਆਪਾਂ ਉਗਰੀ ਤੋਂ ਬਾਅਦ ਚੌਥਾ ਪਾਣੀ ਆ ਵੇਖੋ ਤੁਸੀਂ ਹੁਣ ਲਾਉਣੇ ਆ ਤੇ ਪਨੀਰੀ ਬਹੁਤ ਵਧੀਆ ਉਗ ਰਹੀ ਆ ਕਿਰ ਕੈਮਰੇ 'ਚ ਵੇਖਣ ਨੂੰ ਐ ਲੱਗਦਾ ਯਾਰ ਵੀ ਦਉਗੀਆਂ ਹੀ ਹੁੰਦੀ ਐ ਇਹ ਨਾ ਜਿਹੜੇ ਥੋੜਾ ਜਿਹਾ ਉੱਚਾ ਥਾਂ ਐ ਉਹ ਪਹਿਲਾਂ ਉਗ ਰਿਆ ਤੇ ਜਿਹੜਾ ਨੀਵਾ ਥਾਂ ਆ ਸੀ ਉਹ ਲੇਟ ਉਗ ਰਿਆ ਤੇ ਕੈਮਰੇ 'ਚ ਆਇਂ ਲੱਗਦਾ ਵੀ ਯਾਰ ਇਹ ਤਾਂ ਕਿਤੇ ਉਗਰੀਆ ਕਿਤੇ ਨਹੀਂ ਉਗਰੀ ਉਗਰੀ ਬਹੁਤ ਵਧੀਆ ਪਨੀਰੀ ਤੇ ਬਾਕੀ ਪਾਣੀ ਲੱਗਿਆ ਤਾਂ ਜਦੋਂ ਇੱਕ ਪਾਣੀ ਲੱਗ ਗਿਆ ਹਾ ਇਸ ਤੋਂ ਬਾਅਦ ਆਪਾਂ ਇਹਦੀ ਕਾਰਨੀਆ ਰੇ ਸ਼ੁਰੂ ਤੇ ਨਾਲੇ ਸਹੀ ਪਨੀਰੀ ਦੀ ਸੰਲਾਂ ਆਪੂ ਗਿਓ ਤੁਨੂੰ ਤੇ ਇਹਨੂੰ ਵੀਜੀ ਨੂੰ ਹੋ ਗਿਆ ਹਫਤਾ ਹਫਤੇ ਜ ਪਨੀਰੀ ਇਹੋ ਜੀ ਹੋਈ ਐ ਆ ਦੇਖੋ ਪਨੀਰੀ ਕੈਮਰੇ ਚੋਂ ਮੈਂ ਦਿਂਦੀ ਨਹੀਂ ਤੇ ਜਦੋਂ ਨੇੜੇ ਕਰਕੇ ਵਿਖਾਉਨੇ ਆ ਫਿਰ ਬਹੁਤੀ ਆ ਦਿਂਦੀ ਪਨੀਰੀ ਇਹ ਤੇ ਇਹ ਪਨੀਰੀ ਹੈਗੀ ਐ ਡੋਗਰ ਪੁੱਥੇ ਦੀ ਤੇ ਆਪਾਂ ਵੀ ਪਾਇਆ ਸੀ 2.5 ਕਿਲੋ ਮਰਲੇ ਦਾ ਤੇ ਇਹਦੇ ਥੱਲੇ ਆਪਾਂ 2 ਨਹੀਂ ਪਾਈ ਬਿਨਾਂ ਡਾਈ ਤੋਂ ਹੀ ਐ ਆ ਦੇਖੋ ਕਿਵੇਂ ਕਲੇਪੜ ਚੱਕ ਲਿਆ ਨੇ ਆ ਇਹ ਚੱਕ ਲੈਂਦੀ ਆਪਣੀ ਜਿੱਤੇ ਉਗਰਦੀ ਹੈ ਕੋਈ ਐਡੀ ਗੱਲ ਨਹੀਂ ਹੁੰਦੀ ਤੇ ਬਾਕੀ 2.5 ਕਿਲੋ ਬੀ ਪਾਇਆ ਆਪਾਂ ਬੀ ਸੀਗਾ ਆਪਣਾ ਘਰ ਦਾ ਆਪਾਂ ਕੋਈ ਮੁੱਲ ਦਾ ਲੈ ਕੇ ਨਹੀਂ ਪਾਇਆ ਘਰ ਦੇ ਜਿਹਾ ਰੱਖਿਆ ਵਾ ਪਿਛਲੇ ਸਾਲ ਡੋਗਰ ਪੁੱਛਾ ਚੋਣਾ ਸੀ ਉਹਦੇ ਚ ਰੱਖਿਆ ਸੀ ਤੇ ਕੋਈ ਡਾਈ ਨਹੀਂ ਪਾਈ ਆਪਾਂ ਵਿੱਚ ਕੋਈ ਹੋਰ ਕਾਦਨੀ ਪਾਈ ਕੱਲੀ ਆਪਾਂ ਵਾਹ ਕਿਸ ਵਾਗਾ ਮਾਰ ਕੇ ਸਵਾਰ ਕਿਸ ਵਾਗੇ ਮਾਰ ਕੇ ਤੇ ਉਸ ਤੋਂ ਬਾਅਦ ਵੀ ਦਾ ਛੱਟਾ ਦਿੱਤਾ ਤੇ ਵੀ ਦਾ ਛੱਟਾ ਦੇ ਕੇ ਉਸ ਤੋਂ ਬਾਅਦ ਦੇ ਤੇ ਰੂੜੀ ਖਲਾਰੀ ਤੇ ਪਾਣੀ ਤੰਨ ਪਾਣੀ ਲੱਗੇ ਤੂੰ ਪਹਿਲਾਂ ਇਹਨੂੰ ਫੇਰ ਵਾਣ ਵੇਖੋ ਕਿਵੇਂ ਪਾਟਿਆ ਪਿਆ ਵੀ ਖੁਸ਼ ਹੋਇਆ ਪਿਆ ਤੇ ਇੱਕ ਹੋਰ ਤਜਰਬਾ ਇਹਦਾ ਵੀ ਜਿੱਥੇ ਪਾਣੀ ਥੋੜਾ ਜਿਹਾ ਉੱਚਾ ਚੜਦਾ ਹੈ ਉੱਥੇ ਪਨੀਰੀ ਛੇਦੀ ਉਗਰਦੀ ਹੈ ਜਿੱਥੇ ਪਾਣੀ ਜ਼ਿਆਦਾ ਖੜਾ ਰਹਿੰਦਾ ਉੱਥੇ ਪਨੀਰੀ ਘਟ ਉਗਰਦੀ ਆ ਜਿੱਥੇ ਹਰੇ ਬਈ ਮਾਰਦੀ ਆ ਫਾਲੀ ਇੱਥੇ ਪਨੀਰੀ ਵੱਡੀ ਹੈ ਤੇ ਜਿੱਥੇ ਆ ਘਟ ਮਾਰਦੀ ਇੱਥੇ ਛੋਟੀ ਹੈ ਉਹ ਕੈਮਰੇਜ ਦਿਂਦੀ ਨਹੀਂ ਤੇ ਉਹ ਜਿਹੜੀ ਹਰੇ ਬਈ ਮਾਰਦੀ ਉਹ ਵੱਡੀ ਪਨੀਰੀ ਕੈਮਰੇਜ ਪੂਰੀ ਦਿਖਦੀ ਹੈ ਤੇ ਵੀ ਇਹ ਵੀ ਤਜਰਬਾ ਵੀ ਪਾਣੀ ਦੋਵਾਂ ਨਾਲ ਉਗਰ ਸਕਦੀ ਦੀ ਪਨੀਰੀ ਤੇ ਚਲੋ ਕੋਈ ਨਹੀਂ ਉਹ ਪਨੀਰੀ ਬਹੁਤ ਵਧੀਆ ਉਗਰੀ ਤੇ ਬਾਕੀ ਆ ਜਿਹੜਾ ਅੱਜ ਪਾਣੀ ਲਾਤਾ ਜਦੋਂ ਇਹ ਤੋਂ ਬਾਅਦ ਆਪਾਂ ਪਾਣੀ ਲਾਵਾਂਗੇ ਉਦੋਂ ਇਹਦੇ ਵਿੱਚ ਆਪਾਂ ਰੇਹ ਸ਼ੁਰੂ ਕਰਾਂਗੇ ਯੂਰੀਆ ਅੱਜ ਨਹੀਂ ਪਾਉਂਦੇ ਅੱਜ ਕਿਰਾਂ ਇਹਨੂੰ ਪਾਣੀ ਲਾ ਕੇ ਤੇ ਪੂਰੀ ਕੈਮ ਹੋ ਜੂ ਬਰੀਰੀ ਕਿਰਾਂ ਰੇਹ ਲੈਣ ਜੋਗੀ ਉਸ ਤੋਂ ਬਾਅਦ ਆਪਾਂ ਰੇਹ ਪਾਵਾਂਗੇ ਇਹਦੇ ਵਿੱਚ ਯੂਰੀਆ ਤੇ ਹੋਰ ਕੀ ਕੋਪ ਪਾਵਾਂਗੇ ਆਪਾਂ ਦੱਸਿਆ ਕਰਾਂਗੇ ਪਾਇਆ ਕਰਾਂਗੇ ਵੀਡੀਓ ਬਣਾਉਾਂਗੇ ਵੀ ਕਿਹੜੀ ਸਪਰੇਅ ਕਰਦੇ ਆਂ ਤੇ ਰੇਹ ਕਿੰਨੇ ਦਿਨਾਂ ਤੋਂ ਪਾਉਣੇ ਆ ਤੇ ਕਿੰਨੀ ਕੁ ਰੇਹ ਪਾਉਣੇ ਆ ਇਹ ਆਪ ਸਾਰਾ ਕੋ ਦੱਸਿਆ ਕਰਾਂਗੇ ਇੱਕ ਹਫ਼ਤੇ ਦੀ ਪਨੀਰੀ ਐ ਇਹ ਤੇ ਪਾਣੀ ਬਹੁਤ ਵਧੀਆ ਇੱਧਰ ਡੋਗਰ ਪੂਸਾ ਝੋਨਾ ਲਾਉਣਾ ਤੇ ਪੂਸਾ 44 ਲਾਉਂਦੇ ਹੁੰਦੇ ਸੀ ਪਹਿਲਾਂ ਤੇ ਉੱਥੇ ਇਹ ਬੀਜੀ ਵੀ ਐ ਤੇ ਬੋਰ ਦੇ ਪਾਣੀ ਨਾਲ ਹੀ ਬੀਜੀ ਸੀ ਇਹ ਕੋਈ ਇਹਨੂੰ ਕੱਚੀ ਦਾ ਪਾਣੀ ਨਹੀਂ ਲਾਇਆ ਤੇ ਬੋਰ ਦੇ ਪਾਣੀ ਨਾਲ ਹੀ ਬੀਜੀ ਸੀ ਬੋਰ ਦੇ ਪਾਣੀ ਲੱਗਿਆ ਜਿੰਨੇ ਲੱਗਿਆ ਇਹਨੂੰ ਪਨੀਰੀ ਬਹੁਤ ਵਧੀਆ ਹੈ ਕੈਮਰੇ ਜਰੂਰ ਘੱਟ ਦਿੰਦੀ ਹੈ ਤੇ ਬਾਕੀ ਜਿਵੇਂ ਬੀਬਾ ਜੀ ਦੀ ਪਨੀਰੀ ਉਵੇਂ ਉਗਰੀ ਤੇ ਆਪਾਂ ਛੱਟਾ ਦੇ ਕੇ ਰੇਖ ਲਾ ਰਹੀ ਆ ਰੂੜੀ ਦੇ ਉੱਤੇ ਆਪਾਂ ਕੋਈ ਤੰਗਲੀ ਜਾਂ ਕੋਈ ਘਰੁੰਡੀ ਜਾਂ ਕੁਝ ਹੋਰ ਨਹੀਂ ਮਾਰਿਆ ਉਹਦੇ ਨਾਲ ਪਤਾ ਕੀ ਹੈ ਜਿੱਥੋਂ ਦੀ ਤੰਗਲੀ ਲੰਘ ਜਾਂਦੀ ਹੈ ਉੱਥੋਂ ਵੀ ਚੱਕ ਦਿੰਦੀ ਹੈ ਤੇ ਵੱਟਾਂ ਜੀਆਂ ਬਣਾ ਦਿੰਦੀ ਹੈ ਤੇ ਫਿਰ ਉਹ ਸੰਗਣੀਆਂ ਹੋ ਜਾਂਦੀ ਹੈ ਤੇ ਉਹ ਪੂਜਾ ਬਣ ਜਾਂਦੀ ਹੈ ਪਨੀਰੀ ਆਪਾਂ ਉਹਨੇ ਕੀਤਾ ਪਹਿਲਾਂ ਆਪਾਂ ਵਿੱਚ ਦੇ ਹੁੰਦੇ ਸਿੱਤੇ ਫਿਰ ਉਹ ਜਿਵੇਂ ਆਪਾਂ ਤੁਹਾਨੂੰ ਦੱਸਦੇ ਹਾਂ ਬਾਲੀ ਬਰੀਕ ਜਿਹੀ ਹੋ ਜਾਂਦੀ ਹੈ ਤਾਂ ਕਰਕੇ ਆਪਾਂ ਛੱਡਤਾ ਚਲੋ ਇਹ ਸੀ ਆਪਣੀ ਅੱਜ ਦੀ ਵੀਡੀਓ